ਵਾਹਿਗੁਰੂ ਜੀ ਤੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਸਚਿਆਰਾ ਬਨੰਦਾ ਉਪਦੇਸ਼ ਦਿੱਤਾ ਹੈ ਸਚਿਆਰਾ ਬਨਣ ਵਾਸਤੇ ਮਨੁੱਖ ਉੱਚੇ ਸੁੱਚੇ ਆਚਰਨ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ ਉੱਚੇ ਸੁੱਚੇ ਆਚਨ ਤੋਂ ਪਾਵ ਹੈ ਸਿੱਖੀ ਦੇ ਅਸੂਲਾਂ ਦਾ ਧਾਰਨੀ ਹੋਣਾ ਗੁਰਮਤ ਅਸੂਲਾਂ ਤੋਂ ਵੀ ਹੋਣੇ ਮਨੁੱਖ ਮਨੁੱਖਾਂ ਦਾ ਮਨ ਮੈਲਾ ਹੋ ਜਾਂਦਾ ਹੈ ਅਤੇ ਅੱਤ ਤਾਂ ਮਲੀਨ ਹੋ ਜਾਂਦੀ ਹੈ ਸੁਭਾਅ ਮਲੀਨ ਕਰਮਾਂ ਵਾਲਾ ਬਣ ਜਾਂਦਾ ਹੈ ਪਾਪ ਆਚਰਨ ਦੀਵਾ ਹੋ ਜਾਂਦਾ ਹੈ ਆਚਰਨਹੀਨ ਮਨੁੱਖ ਤੇਨੇ ਕਈ ਹੁੰਦੇ ਹਨ ਪਾਪ ਗੁਰੂ ਜੀ ਵੱਲੋਂ ਫਟਕਾਰੇ ਹੁੰਦੇ ਹਨ ਆਚਰਨਹੀਨ ਮਨੁੱਖ ਦੇਸ਼ ਕੌਮ ਲਈ ਘਾਤਕ ਹੁੰਦੇ ਹਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਸੁੱਚਾ ਆਚਰਨ ਰੱਖਣ ਵਾਲੇ ਮਨੁੱਖ ਨੂੰ ਬਹੁਤ ਵਡਿਆਈ ਦਿੱਤੀ ਹੈ। ਗੁਰੂ ਜੀ ਦਾ ਫਰਮਾਨ ਹੈ ਸੱਚੋਰੇ ਸਭ ਕੋ ਉਪਰ ਸੱਚ ਚਾਰ ਸੋ ਆਈ ਏਮ ਹੇਅ ਦਿਲਰਾਜ ਕੌਰ ਵਾਂਟ ਟੂ ਸ਼ੇਅਰ ਸਚਿਆਰੀ ਦੀ ਅਦਾਰਿਤ ਸਾਖੀ which also named ਆਚਰਨ ਗੁਰੂ ਨਾਨਕ ਸਾਹਿਬ ਜੀ ਦੀ ਮੰਦੀ ਰੀਤ ਸੀ ਜੇ ਮਨੁੱਖ ਉੱਚੇ ਸੁੱਚੇ ਆਚਰਣ ਵਾਲਾ ਹੋਵੇ ਜਿਵੇਂ ਚੰਦਨ ਦੀ ਸੁਗੰਧੀ ਵਾਯੂ ਮੰਡਲ ਨੂੰ ਸੁਗੰਧਿਤ ਕਰਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਆਚਰਣ ਦੀ ਸੁਗੰਧੀ ਹੋਵੇ ਚੰਦਨ ਗੰਧ ਸੁਗੰਧ ਜਿੱਤ ਜੱਸੇ ਬਿਸਤਾਰ ਸਚਿਆਰਾਵਨ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਦੂਸਰੀ ਉਦਾਸੀ ਸਮੇ ਦਿੱਤਾ ਹੈ ਦੂਸਰੀ ਉਦਾਸੀ ਸਮੇ ਗੁਰੂ ਨਾਨਕ ਸਾਹਿਬ ਜੀ ਸੰਗਲਾ ਦੀਪ ਦੇਰਾ ਚ ਸ਼ਿਵਨਾਥ ਪਾਸ ਪਹੁੰਚੇ ਸ਼ਿਵਨਾਥ ਪਾਸ अनेका ਸਾਧੂ ਆਉਂਦੇ ਸਨ ਪਰ ਸ਼ਿਵਨਾਥ ਉਨਾਂ ਦੀ ਪਰਖ ਸੁੰਦਰ ਇਸਤਰੀਆਂ ਅਤੇ ਧਨ-ਦੌਲਤ ਭੇਜ ਕੇ ਕਰਦਾ ਸੀ ਪਰ ਕੋਈ ਵੀ ਸਾਧੂ ਪੂਰਾ ਨਹੀਂ ਸੀ ਉੱਤਰਦਾ ਪਰ ਉਸਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪਾਸ ਵੀ ਸੁੰਦਰ ਇਸਤਰੀਆਂ ਭੇਜੀਆਂ ਅਤੇ ਧਨ-ਦੌਲਤ ਵੀ ਭੇਜੀ ਗੁਰੂ ਨਾਨਕ ਸਾਹਿਬ ਜੀ ਉੱਚੇ ਸੁੱਚੇ ਆਤਮ ਦੇ ਤਾਂ ਨਿਸਲ ਉਹਨਾਂ ਨੂੰ ਕਿਵੇਂ ਕੋਈ ਡੁਲਾ ਸਕਦਾ ਸੀ ਜੀ ਨੇ ਸੁੰਦਰ ਇਸਤਰੀਆਂ ਨੂੰ ਕਿਹਾ ਜਾਓ ਪੁੱਤਰੀਓ ਜਾ ਕੇ ਉਸ ਅਕਾਲ ਪੁਰਖ ਦਾ ਨਾਮ ਜਪੋ ਉਸ ਸਮੇਂ ਗੁਰੂ ਜੀ ਦਾ ਫਰਮਾਨ ਹੈ ਕਿ ਗਾਛੋ ਪੁੱਤਰੀ ਰਾਜ ਕੁਆਰ ਨਾਮ ਪਨੋ ਸਚ ਤੋਤ ਸਵਾਰ ਅਤੇ ਸੁੰਦਰ ਇਸਤਰੀਆਂ ਨੇ ਰਾਜੇ ਕੋਲੇ ਜਾ ਕੇ ਕਿਹਾ ਉਹ ਕੋਈ ਆਮ ਸਾਧੂ ਨਹੀਂ ਹੈ ਪਰਮਾਤਮਾ ਵੱਲੋਂ ਭੇਜਿਆ ਗਿਆ ਸੱਚਾ ਤੇ ਪਿਆਰਾ ਸਾਧੂ ਹੈ ਅਤੇ ਰਾਜੇ ਨੇ ਆਪਣੇ ਪਰਿਵਾਰ ਅਤੇ ਹੋਰ ਸੰਗਤਾਂ ਨੂੰ ਤਿਆਰ ਕੀਤਾ ਅਤੇ ਗੁਰੂ ਜੀ ਪਾਸ ਪਹੁੰਚਾ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਸਾਨੂੰ ਸਿੱਖੇ ਦੇ ਦਾਤ ਬਖਸ਼ੋ ਗੁਰੂ ਜੀ ਨੇ ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ੀ ਅਤੇ ਇਸ ਤਰ੍ਹਾਂ ਰਾਜਾ ਸ਼ਿਵਨਾਥ ਸਿੱਖ ਬਣ ਗਿਆ ਅਤੇ ਸਿੱਖਿਆ ਇਹ ਮਿਲਦੀ ਹੈ ਸਾਨੂੰ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਉੱਚੇ ਸੁੱਚੇ ਆਚਰਣ ਵਾਲੀ ਗੱਲ ਚਲਦੀ ਆ ਰਹੀ ਹੈ ਜਿਸ ਨੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨੂੰ ਚਾਰ ਬ੍ਰਜ ਬੱਜਰ ਕਰੇਤਾ ਵਿੱਚ ਵੀ ਸ਼ਾਮਿਲ ਕੀਤਾ ਹੈ ਪਰ ਇਸਤਰੀ ਪਰ ਪੁਰਸ਼ਨਾ ਸੰਗ੍ਰਹਿ ਇਸ ਲਈ ਸਾਨੂੰ ਉੱਚੇ ਸੁੱਚੇ ਆਚਨ ਦੇ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ